ਕਿਹੜੀ ਚੱਲ ਪੀ ਕਿਹਾ ਵਿੱਚ ਹੀ ਰੱਖਣੀ ਆਪਾਂ, ਕੁਛ ਨਹੀਂ ਕੱਟਣਾ, ਅਨਫਿਲਟਰਡ ਰੱਖਣਾ ਚੱਲ ਪੀ। ਤੁਸੀਂ ਸਾਡੇ ਨਾਲ ਕੰਮ ਕਰਕੇ ਕੀ ਫੀਲ ਕਰ ਰਹੇ ਹੋ? ਸਭ ਤੋਂ ਪਹਿਲਾਂ ਤਾਂ ਸੀਰੀਅਸ ਗੱਲ ਕਰਨੀ ਆ, ਕੋਈ ਭਕਾਈ ਨਹੀਂ ਮਾਰਨੀ, ਚੌੜ ਨਹੀਂ, ਚਾਵਲ ਨਹੀਂ ਮਾਰਨੀ, ਇਹ ਕੱਟਣਾ ਨਹੀਂ ਵਿੱਚੋਂ, ਇਹ ਇੱਦਾਂ ਹੀ ਲੱਗੂਗਾ, ਕੱਟ ਨਹੀਂ। ਇਹ ਇੰਨੀ ਇੱਜ਼ਤ ਹੋ ਰਹੀ ਸੀ ਜੀ ਮੇਰੀ ਸੈੱਟ 'ਤੇ, ਮੈਂ ਗੱਲ ਉੱਥੇ ਸ਼ੁਰੂ ਕਰੂੰਗਾ ਜੀ। ਇਹਨਾਂ ਨੂੰ ਲੱਗਦਾ ਇਹਨਾਂ ਨੇ ਜੰਗ ਜਿੱਤ ਲਈ, ਇਹ ਬਣ ਗਏ ਨੇ। ਤੂੰ ਮੋਬਾਈਲ ਨਾ ਚਲਾ ਲਓ ਜੀ। ਪੰਚਾਇਤ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਟੀਮ ਪਰੌਂਠੇ ਖਾਣ ਆਈ ਸੀ ਸ਼ੇਰੇ ਪੰਜਾਬ ਢਾਬੇ ਤੇ ਲਾਂਡਰਾਂ ਰੋਡ। ਕਿਹੜਾ ਕਿਹੜਾ ਗਾ ਬਲ ਸ਼ੇਰੇ ਪੰਜਾਬ ਢਾਬਾ ਲਾਂਡਰਾ ਰੋਡ ਚਾਈਨਾ ਵਿੱਚ ਪੈਂਦਾ, ਚਾਈਨਾ ਲਾਂਡਰਾ ਰੋਡ ਤੇ, ਹਾਂ ਚਾਈਨਾ। ਸੋ ਪਰੌਂਠੇ ਖਾਣ ਆਏ ਸੀ। ਪ੍ਰੀਤ ਜਿਹੜੀ ਕੁੜੀ ਡਾਈਟਾਂ ਕਰਦੀ ਹੈਗੀ, ਤਿੰਨ ਪਰੌਂਠੇ ਖਾ ਕੇ ਚੌਥੇ ਦੀ ਮੰਗ ਸੀਗੀ, ਪਰ ਇਹਦੇ ਡਾਈਟੀਸ਼ਨ ਦਾ ਫੋਨ ਆ ਗਿਆ। ਸੋ ਸੈਮ ਮੱਲੀ ਭਾਜੀ ਤਾਂ ਬੈਠੇ ਨੇ ਗੇ, ਸੋ ਇਹਨਾਂ ਨੇ ਵੀ ਖੁਦ ਖੁਦ ਜਿੰਮਾ ਤੋੜਨ ਵਾਲਾ ਨੌਜਵਾਨ ਗੱਭਰੂ ਜਿਹਦੇ ਛਾਤੀ ਤੇ ਫੀਤਾ ਮੁੱਕ ਜਾਂਦਾ ਗਾ, ਉਸ ਮੁੰਡੇ ਨੇ 4.5 ਪਰੌਂਠੇ ਖਾ ਕੇ ਜਿਹੜਾ ਮੇਰਾ ਰਿਕਾਰਡ ਤੋੜਿਆ ਗਾ। ਸੋ ਮੈਂ ਜਿਹੜਾ ਇਕੱਲਾ ਗ੍ਰੀਨ ਟੀਆਂ ਪੀਣ ਵਾਲਾ ਗੱਭਰੂ ਪੰਜਾਬੀ, ਓ ਮਾਈ ਗੋਡ, ਸੋ 2500 ਪਰਾਂਠਾ ਖਾ ਕੇ ਤਾਰੇ ਹੁਣੀ ਬਹਿ ਗਏ ਨੇ ਇੱਥੇ। 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈਗੀ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ। ਸੋ ਜਿਹਦੇ 'ਚ ਬਾਈ ਅਰਮਾਨ ਬੇਦਲ, ਪ੍ਰੀਤ ਅਤੇ ਦਾਸ ਖੁਦ ਭਾਅ ਜੀ ਸਾਡੇ ਡਾਇਰੈਕਟਰ ਸਾਹਿਬਾਨ ਗਏ ਹੋਏ ਨੇ ਕਿਤੇ। ਸੋ ਭਾਅ ਜੀ ਪਹਿਲਾਂ ਬਾਈ ਜੀ ਨੂੰ ਪੁੱਛ ਲਈਏ ਆਪਾਂ। ਹਾਂਜੀ ਹਾਂਜੀ, ਪੁੱਛੋ ਭਾਅ ਜੀ। ਕਿਵੇਂ ਰਿਹਾ ਐਕਸਪੀਰੀਅੰਸ? ਤੁਸੀਂ ਕੈਮਰੇ ਦੇ ਪਿੱਛੇ ਹੁੰਦੇ ਸੀ, ਸਾਡੀ ਐਕਟਿੰਗ, ਇਹ ਮਤਲਬ ਐਕਟਰਸ ਸਾਡੀ, ਸਾਡਾ ਐਕਟਰ, ਸਾਡਾ ਖੁਦ ਅਤੇ ਐਕਟਰ, ਤੁਸੀਂ ਕਿਵੇਂ ਐਕਸਪੀਰੀਅੰਸ ਰਿਹਾ ਵੀ ਤੁਸੀਂ ਸਾਡੇ ਨਾਲ ਕੰਮ ਕਰਕੇ ਕੀ ਫੀਲ ਕਰ ਰਹੇ ਹੋਗੇ? ਸਭ ਤੋਂ ਪਹਿਲਾਂ ਤਾਂ ਸੀਰੀਅਸ ਗੱਲ ਕਰਨੀ ਆ, ਕੋਈ ਭਕਾਈ ਨਹੀਂ ਮਾਰਨੀ, ਚੌੜ ਨਹੀਂ, ਚਾਵਲ ਨਹੀਂ ਮਾਰਨੀ, ਇਹ ਕੱਟਣਾ ਨਹੀਂ ਵਿੱਚੋਂ, ਇਹ ਇੱਦਾਂ ਹੀ ਲੱਗੂਗਾ, ਕੱਟ ਨਹੀਂ। ਇਹ ਇੰਨੀ ਇੱਜ਼ਤ ਹੋ ਰਹੀ ਸੀ ਜੀ ਮੇਰੀ ਸੈੱਟ 'ਤੇ, ਮੈਂ ਗੱਲ ਉੱਥੇ ਸ਼ੁਰੂ ਕਰੂੰਗਾ ਜੀ। ਇਹਨਾਂ ਨੂੰ ਲੱਗਦਾ ਇਹਨਾਂ ਨੇ ਜੰਗ ਜਿੱਤ ਲਈ, ਇਹ ਬਣ ਗਏ ਨੇ, ਇਹਨਾਂ ਦੇ ਚਰਨਾਂ 'ਚ ਬੈਠੇ ਆ ਬਾਈ। ਨਹੀਂ ਨਹੀਂ ਨਹੀਂ, ਮਜ਼ਾਕ ਕਰਦਾ ਜੀ। ਸੋ ਚਲੋ, ਤਾਰੇ ਬਾਈ ਨੂੰ ਹਮੇਸ਼ਾ ਸੀਰੀਅਸ, ਬਾਹਲੀ ਸੀਰੀਅਸ ਨਹੀਂ ਕਰਨੀ, ਬਸ ਨੈਚੁਰਲ। ਕਮ ਔਨ ਦੀ ਸਟੇਜ, ਗੋਰਿਆਂ ਨਾਲ ਲੱਗਦੀ ਜ਼ਮੀਨ ਜੜੀ 18 ਅਕਤੂਬਰ ਕਮ ਔਨ ਦੀ ਸਟੇਜ ਮਾਰਨਾ। ਚਲੋ ਭਾਜੀ, ਬੰਦਾ ਹਜੇ ਇੱਕ ਸਾਥੀ ਖਾ ਲਈ ਬੁਲਾਓ, ਗੇਮ 'ਚ ਆ ਜਾਓ, ਚਰਨਾਂ 'ਚ ਬੈਠ ਚੁੱਕੇ ਆਗੇ ਖੁਦ। ਸੋ ਆ ਜਾਓ ਭਾਜੀ, ਕਿਵੇਂ ਲੱਗਿਆ ਸਾਨੂੰ? ਸਾਡੇ ਤਿੰਨ ਜਾਣਿਆਂ ਨਾਲ ਕੰਮ ਕਰਕੇ ਕਿਵੇਂ ਮਹਿਸੂਸ ਹੋਇਆ? ਮੈਨੂੰ ਬਹੁਤ ਵਧੀਆ ਲੱਗਿਆ ਜੀ। ਸੋ ਆਪਾਂ ਸੈੱਟ ਦੇ ਉੱਤੇ ਬਹੁਤ ਜ਼ਿਆਦਾ ਫਨ ਕੀਤਾ। ਤਾਰੇ ਬਾਈ, ਜਿਵੇਂ ਤੁਸੀਂ ਤਾਰੇ ਬਾਈ ਨੂੰ ਜਾਣਦੇ ਹੋ, ਬਾਈ ਦੀ ਆਦਤ ਹੈਗੀ ਚੌੜ ਕਰਨ ਦੀ, ਕਲੋਲਾਂ ਕਰਨ ਦੀ। ਸੋ ਬਾਈ ਨੇ ਸਾਡਾ ਮਨ ਲਵਾਈ ਰੱਖਿਆ ਇੰਨਾ ਵੀ ਲੰਡਨ ਦੇ ਵਿੱਚ ਦਿਲ ਸਾਡੇ ਗਦ ਗਦ ਕਰਾ ਰੱਖੇ ਇਸ ਗੱਭਰੂ ਨੌਜਵਾਨ ਨੇ। ਸੋ ਅਰਮਾਨ ਵੀਰੇ ਨੂੰ ਤਾਂ ਤੁਸੀਂ ਜਾਣਦੇ ਹੋ, ਅਰਮਾਨ ਬਾਈ ਨਾਲ ਸਾਡਾ ਦੂਜਾ ਐਕਸਪੀਰੀਅੰਸ ਸੀ ਜੀ, ਪਹਿਲਾਂ ਆਪਾਂ ਫਿਲਮ ਕੀਤੀ ਵੀਰੇ ਨਾਲ, ਮੁੰਡਾ ਸਾਊਥ ਹਾਲ ਦਾ। ਸੋ ਬੜੇ ਪਿਆਰ ਇਤਫਾਕ ਦੇ ਨਾਲ ਜ਼ਿੰਦਗੀ ਦੀਆਂ ਯਾਦਾਂ ਬਟੋਰੀਆਂ ਜੀ ਅਸੀਂ। ਸੋ ਬਹੁਤ ਹੀ ਵਧੀਆ ਕੰਮ ਲੱਗਦਾ ਮੈਨੂੰ ਦੋਵੇਂ ਵੀਰਾਂ ਦਾ। ਮੈਨੂੰ ਅੱਜ ਵੀ ਚੇਤੇ ਜਦੋਂ ਮੈਂ ਅਰਮਾਨ ਬਾਈ ਨੂੰ ਪਹਿਲਾਂ ਦੇਖਿਆ ਸੀ ਬਾਈ ਦਾ, ਇੱਕ ਮੈਂ ਗਾਣਾ ਦੇਖਿਆ ਸੀਗਾ ਯੂਟਿਊਬ 'ਤੇ ਛਿੰਦੇ ਬਾਈ ਵਾਲਾ। ਓਕੇ ਜੀ। ਸੋ ਮੈਨੂੰ ਜਿੱਦਾਂ ਘੈਂਟ ਜੀ ਲੱਗਦੀ ਸੀ ਦੁਨੀਆ, ਉਦੋਂ ਮੈਂ ਕੰਮ ਕੁੰਮ ਨਹੀਂ ਕਰਦਾ ਹੁੰਦਾ ਇਹੋ ਜਿਹਾ। ਸੋ ਤਾਰੇ ਬਾਈ ਨੂੰ, ਤਾਰੇ ਬਾਈ ਦੀ ਮੈਂ ਰੀਲ ਦੇਖੀ ਸੀ ਇੱਕ, ਅਤੇ ਮੈਂ ਜਦੋਂ ਇਹਨਾਂ ਨੂੰ ਲਾਈਵ ਸਾਖਸ਼ਾਤ ਆਪਣੇ ਦੇਖਿਆ ਮੋਹਰੇ, ਆਨੰਦਿਤ ਹੋ ਗਏ ਪੂਰੇ ਆਨੰਦਿਤ ਅਵਸਥਾ। ਅਤੇ ਪ੍ਰੀਤ ਔਜਲਾ ਜੀ ਦਾ ਕਿਆ ਕਹਿਣਾ ਵਾ ਜੀ, ਪ੍ਰੀਤ ਔਜਲਾ ਜੀ ਅਸੀਂ ਧਰਤੀ ਤੋਂ ਉੱਠੇ ਹੋਏ ਇਕੱਠੇ, ਡਬਈ ਦੀਆਂ ਰੇਤਾਂ ਦੇ ਵਿੱਚੋਂ ਨਿਕਲ ਕੇ ਅਸੀਂ
ਇਸ ਹਲਾਂ ਦੇ ਉੱਤੇ ਜਿਹੜਾ ਪਹੁੰਚੇ ਹਾਂ ਉਹ ਇੱਕ ਸਫ਼ਰ ਦਾ ਇੱਕ ਆਪਣਾ ਇਤਿਹਾਸ ਹੈ, ਉਹ ਕਿਤੇ ਵਿਹਲੇ ਟਾਈਮ ਤੁਸੀਂ ਲੰਬੇ ਬਲੌਗ 'ਚ ਪੁੱਛਿਓ। ਇੰਨਾ ਕੀ ਬੋਲਣਾ ਸੀ ਨਾ, ਹਾਂ ਠੀਕ ਹੈ ਨਾ, ਗੋਡਾ ਗੋਡਾ ਭਾਗ ਆਪਣਾ ਹੀ ਹੈ। ਸੋ ਸੈਮ ਵੀਰਾ ਸਾਡੇ ਵੱਡੇ ਨੇ, ਇਹਨਾਂ ਤੋਂ ਸਿੱਖ ਰਹੇ ਹਾਂਗੇ। ਵੱਡੇ ਕਿਵੇਂ? ਸਾਡੇ ਬਜ਼ੁਰਗ ਨੇ 82 ਬੌਰਨ ਨੇ, 82 ਬੌਰਨ। ਕਿਉਂ 82 ਕਿੱਥੋਂ? 84 91 ਆਪ ਖੁਦ ਖੁਦ ਭਾ ਮੈਂ ਰੁੜਦਾ ਯਾਰ ਹਜੇ। ਆਈ ਐਮ ਬੋਰਨ ਬੋਏ ਯਾਰ, ਆਈ ਐਮ ਬੋਰਨ ਬੋਏ। ਸੋ ਹੁਣ ਅਸੀਂ ਪਹੁੰਚਦੇ ਹਾਂ, ਪ੍ਰੀਤ ਤੂੰ ਮੋਬਾਈਲ ਨਾ ਚਲਾ ਲੱਗਦੀ। ਜ਼ਮੀਨ ਜੱਟ ਦੀ ਸਾਡੇ ਮਤਲਬ ਛੋਟਾ ਵੀਰ ਅਰਮਾਨ ਵੇਦਲ ਤੇ ਸਿੰਗਿੰਗ ਤੋਂ ਇਹਨਾਂ ਨੇ ਆਪਣਾ ਕਰੀਅਰ ਦੀ ਸ਼ੁਰੂਆਤ ਕੀਤੀ, ਫਿਲਮਾਂ ਚ ਪਹੁੰਚੇ ਨੇ। ਸਿੰਗਿੰਗ ਹੀ ਹੁੰਦੀ ਹੈ, ਸਿੰਗਿੰਗ ਸਿੰਗਿੰਗ ਗੀ ਮਤਲਬ ਕਲਾਕਾਰੀ ਤੋਂ ਜ਼ਿੰਦਗੀ ਸ਼ੁਰੂਆਤ ਕੀਤੀ ਹੋਸਟ ਗੱਲਾਂ ਭੁੱਲ ਚੁੱਕਿਆ ਹੈ, ਇਹੀ ਸਾਡਾ ਕਮਾਲ ਹੈ, ਇਹੀ ਸਾਡਾ ਕਰੀਅਰ ਦੀ ਸ਼ੁਰੂਆਤ ਕੀਤੀ। ਹੁਣ ਤੁਸੀਂ ਫਿਲਮ ਕਰਕੇ ਆਏ ਹੋ ਭਾਜੀ, ਤੇ ਚਲੋ ਸਾਡੇ ਨਾਲ ਤਾਂ ਕੰਮ ਕਰਕੇ ਹਰ ਇੱਕ ਨੂੰ ਵਧੀਆ ਲੱਗਦਾ ਗਾ। ਤੁਸੀਂ ਮਤਲਬ ਕਿਵੇਂ ਦੇਖਦੇ ਹੋ ਸਾਰਾ, ਕਿਵੇਂ ਰਿਹਾ ਮਾਹੌਲ ਅਤੇ ਕੀ ਦੇਖਦੇ ਹੋ ਪ੍ਰੋਜੈਕਟ ਨੂੰ ਲੈ ਕੇ, ਜਿਹੜੀ 18 ਅਕਤੂਬਰ ਨੂੰ ਆਪਾਂ ਧਰਤੀ ਦੇ ਇੱਧਰਲੇ ਸਿਰੇ ਤੋਂ ਲੈ ਕੇ ਇੱਧਰਲੇ ਸਿਰੇ 'ਤੇ ਪਹੁੰਚਾ ਰਹੇ ਹਾਂਗੇ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ? ਸੋ ਬੜਾ ਚੰਗਾ ਲੱਗਿਆ ਜੀ, ਤਾਰੇ ਬਾਈ ਜੀ ਤੁਹਾਡੇ ਨਾਲ ਕੰਮ ਕਰਕੇ ਬੜਾ ਚੰਗਾ ਲੱਗਿਆ। ਸੇਮ ਟੀਮ ਸਾਡੀ ਮੁੰਡਾ ਸਾਊਥ ਹਾਲ ਵਾਲੀ, ਸਾਡੇ ਡਾਇਰੈਕਟਰ ਸਾਹਿਬ ਸੌਖ ਸੰਘੇੜਾ ਜੀ, ਰਾਈਟਰ ਡਾਇਰੈਕਟਰ ਦੀ ਸਾਨੂੰ ਕੀ ਹੁੰਦੀ ਹੈ ਪ੍ਰੈਜੈਂਸ ਤਾਂ ਮੇਰੀ ਛਤਰ ਛਾਇਆ ਦੇ ਹੇਠ ਸਭ ਕੁਝ। ਹਾਂਜੀ ਹਾਂਜੀ, ਉਹਦੇ ਘਾਟ ਮਹਿਸੂਸ ਹੋ ਰਹੀ ਹੈ ਇੱਥੇ। ਸੋ ਜਲਦੀ ਪਹੁੰਚਣਗੇ ਅਗਲੇ ਵਲੌਗਾਂ ਵਿੱਚ, ਸੋ ਤੁਹਾਨੂੰ ਮਿਲਣਗੇ। ਸੋ ਪੂਰੀ ਟੀਮ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਜੀ। ਅਤੇ ਤਾਰੇ ਬਾਈ ਜੀ, ਤਾਰਾ ਬਾਈ ਸਾਨੂੰ ਪਿਛਲੀ ਵਾਰ ਮੁੰਡਾ ਸਾਊਥ ਹਾਲ ਫਿਲਮ ਦੀ ਪ੍ਰਮੋਸ਼ਨ 'ਤੇ ਮਿਲਿਆ ਸੀ ਬਾਈ, ਫਿਰ ਬਾਈ ਜੀ ਪ੍ਰੀਮੀਅਰ 'ਤੇ ਵੀ ਆਏ ਸਾਡੇ ਨਾਲ। ਸੋ ਬੜਾ ਚੰਗਾ ਲੱਗਿਆ, ਸਾਡੀ ਟੀਮ ਨੂੰ ਇੰਨਾ ਪਿਆਰ ਹੋ ਗਿਆ, ਇੰਨਾ ਹਿੱਸਾ ਬਣ ਗਏ, ਫਿਰ ਸਾਡੀ ਟੀਮ ਦਾ ਹਿੱਸਾ ਬਣ ਗਏ। ਸੋ ਬਹੁਤ ਚੰਗਾ ਲੱਗਿਆ, ਇੱਕ ਚੰਗੀ ਫਿਲਮ, ਇੱਕ ਵਧੀਆ, ਇੱਕ ਹਾਸੇ ਖੇਡੀਆਂ ਵਾਲੀ ਫਿਲਮ ਅਸੀਂ ਤਿਆਰ ਕੀਤੀ ਆ ਜੀ। 18 ਅਕਤੂਬਰ ਨੂੰ, ਆਉਣ ਵਾਲੀ 18 ਅਕਤੂਬਰ ਨੂੰ ਤੁਸੀਂ ਸਿਨੇਮਾ ਘਰਾਂ ਜਾ ਕੇ ਸਾਡੀ ਫਿਲਮ ਨੂੰ ਸਪੋਰਟ ਕਰਿਓ। ਬਹੁਤ ਬਹੁਤ ਤੇ ਬੜਾ ਚੰਗਾ ਲੱਗਿਆ ਜੀ, ਬਹੁਤ ਬਹੁਤ ਧੰਨਵਾਦ। ਮੇਰਾ ਸਤਿ ਸ਼੍ਰੀ ਅਕਾਲ ਆ ਚੁੱਕਿਆ ਗਾ, ਚਲੋ ਕੋਈ ਗੱਲ ਨਹੀਂ। ਨਹੀਂ ਨਹੀਂ ਮੈਂ ਫੋਨ ਨਹੀਂ ਚੱਕਦਾ ਬਰੋ। ਤੇ ਮੁਹਤਾਜ ਨੀ, ਬੜੇ ਚੰਗੇ ਕਲਾਕਾਰ ਨੇ ਗੇ, ਬੜੀ ਬੜੀ ਮਤਲਬ ਡਾਇਟ ਨੂੰ ਮੇਨਟੇਨ ਰੱਖਣ ਵਾਲੀ ਕੁੜੀ ਹੈ। ਉਹ ਗੱਲ ਜੋਦਾ ਵੀ ਹੁਣੇ 3 ਪਰੌਂਠੇ ਖਾ ਕੇ ਆਈ ਹੈਗੀ ਆਪਦੇ, ਐਡਾ ਪਰੌਂਠਾ ਘੱਟੋ ਘੱਟ। ਸੋ ਕੋਈ ਗੱਲ ਨੀ, ਮੂੰਹ ਤੋਂ ਵੱਡਾ 2 ਮੂੰਹਾਂ ਜਿੱਡਾ। ਸੋ ਪ੍ਰੀਤ ਔਜਲਾ ਜੀ, ਤੁਸੀਂ ਮਤਲਬ ਕਿੰਨੇ ਕ ਕੀ ਕਹਿੰਦੇ ਹੁੰਦੇ ਹੈਗੇ ਫੇਰ ਸਾਡੇ ਗੱਲ ਪੁੱਛ ਗਏ? ਨਹੀਂ ਨਹੀਂ ਨਹੀਂ, ਮਤਲਬ ਹਾਂ ਐਕਸਾਈਟਡ ਕਿੰਨੇ ਕੋ ਤੁਸੀਂ? ਨਵਾਂ ਹੋਸਟ, ਨਵਾਂ ਮੈਂ ਐਂਕਰ ਟਾਈਪ ਗੱਲਬਾਤ ਕੀਤਾ ਹੈਗਾ, ਤੁਸੀਂ ਕਿੰਨੇ ਕ ਐਕਸਾਈਟਡ ਹੋਗੇ ਫਿਲਮ ਨੂੰ ਲੈ ਕੇ? ਮੈਂ ਬਹੁਤ 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 ਜ਼ਿਆਦਾ ਐਕਸਾਈਟਡ ਆਈ ਥਿੰਕ ਕੋਈ ਵੀ ਆਰਟਿਸਟ ਜੇ ਮੈਂ ਕੈਮਰੇ ਦੇ ਪਿੱਛੋਂ ਕੰਮ ਸ਼ੁਰੂ ਕੀਤਾ ਸੀਗਾ। ਸੋ ਉਹ ਜਿਹੜਾ ਥੋੜ੍ਹੇ ਮੀਟਰਾਂ ਦਾ ਡਿਫਰੈਂਸ ਹੁੰਦਾ ਵਾ ਕੈਮਰੇ ਦੇ ਪਿੱਛੋਂ ਤੇ ਕੈਮਰੇ ਦੇ ਅੱਗੇ ਆਉਣਾ, ਉਹਨੂੰ ਕਈ ਵਾਰੀ ਅਸੀਂ ਸਾਰੇ ਟਾਈਮ ਨਾਲ ਪਹੁੰਚੇ ਹਾਂ। ਪ੍ਰੀਤ ਆਈ ਹੈਗੀ, ਚੱਲ ਕੁੜੀਆਂ ਉਹ ਵੀ ਲੇਟ ਹੋ ਜਾਂਦੀਆਂ, ਮੇਕਅਪ ਟਾਈਪ ਗੱਲਬਾਤ ਹੁੰਦੀ ਹੈ ਕੁੜੀਆਂ ਦੀ,
ਸੋ ਪਰਪ੍ਰੀਤ ਧੱਕਾ ਗਾ, ਦੇਖੋ ਲਾਈਨ ਤਾਂ ਲਿਖੀ ਹੈਗੀ, ਇਹ ਤਾਂ ਮੀਟਰ ਲੱਟਿਆ, ਐਂਚੀ ਟੇਪ ਗੱਲਬਾਤ ਕਰਦੀ ਤੁਸੀਂ ਤਾਂ ਫਿਲਮ ਸਿਉਂਤੀ ਸਾਰੀ। ਆਟੋ ਕਰਾਇਆ ਉਹਦੇ ਵਾਸਤੇ ਜਾਂ ਗੱਡੀ ਦੀ ਕੈਬ ਤੇ ਆ ਗਏ ਆਪਾਂ, ਉਹ ਮੀਟਰ ਮੀਟਰਾਂ ਦਾ ਸਫ਼ਰ, ਮੈਕਸੀਕੋ ਦਾ ਬਾਰਡਰ ਟੱਪ ਨੂੰ 50 ਲੱਖ ਦਿੱਤਾ। ਹਾਂ ਕਿਤੇ ਇਹ ਨਾ ਹੋਵੇ ਵੀ ਤੁਸੀਂ ਭਾਜੀ ਨੇ ਕਰਤੀ, ਆਪਣੇ ਆਪ ਨੂੰ, ਆਪਣੇ ਆਰਟ ਨੂੰ, ਆਪਣੇ ਕੰਮ ਨੂੰ ਬਹੁਤ ਬਹੁਤ ਮਿਹਨਤ ਤੇ ਸ਼ਿੱਦਤ ਦੇ ਨਾਲ ਪ੍ਰੂਵ ਕਰਕੇ ਉਹ ਡਿਫਰੈਂਸ 2-3 ਮੀਟਰ ਦਾ ਕਵਰ ਕੀਤਾ ਤੇ ਉਹਨੂੰ ਬਹੁਤ ਸਾਲ ਲੱਗੇ। ਤਾੜੀਆਂ ਹੋਣੀਆਂ। ਸੋ ਮੈਂ ਬਹੁਤ ਬਹੁਤ ਖੁਸ਼ ਹਾਂ। ਭਾਵੁਕ ਹੋ ਗਿਆ ਭਾਜੀ, ਹੈ ਭਾਵੁਕ ਹੋ ਗਿਆ, ਥੋੜ ਕੱਟ ਲਓ ਯਾਰ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚਲੋ ਕੋਈ ਇਮੋਸ਼ਨਲ ਗੱਲ ਵੀ ਨਹੀਂ। ਕੁੜੀ ਨੇ ਬਹੁਤ ਸੋਹਣਾ ਕੰਮ ਕੀਤਾਗਾ, ਬਹੁਤ ਹੀ ਵਧੀਆ ਕੰਮ ਕੀਤਾਗਾ ਤੇ ਸਾਡੀ ਮੇਰੀਆਂ ਦੁਆਵਾਂ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਯਾਰ। ਗੱਲ ਤਾਂ ਫਿਨਿਸ਼ ਕਰ ਲੈਣ ਦੋ, ਵੈਕਸਿੰਗ ਵੀ ਕਰਾ ਕੇ ਆਏ ਨੇ ਇੱਕ ਵਾਰ, ਬਾਹਾਂ ਨੂੰ ਜੂਮ ਕਰਕੇ ਦਿਖਾਉਣ, ਕਿਆ ਬਾਤ ਹੈ ਬਾਹਾਂ ਮੁੰਨੀਆਂ। ਸੋ ਸਾਰੀ ਟੀਮ ਪਰੌਂਠੇ ਖਾਣ ਆਈ ਹੋਈ ਸੀ, ਅਸੀਂ ਖੜੇ ਮੜ ਚੁੱਕ ਨੇ, ਮੁੰਨ ਕੱਟ ਬਾਹਾਂ ਨਾਲ ਸਤਿ ਸ੍ਰੀ ਅਕਾਲ ਬਣਾਉਂਦੇ ਹੋਏ, ਮੁੰਨ ਕੱਟ ਬਾਹਾਂ ਨਾਲ ਸਤਿ ਸ੍ਰੀ ਅਕਾਲ। ਮਾੜਾ 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 ਐਂਡਿੰਗ ਤਾਂ ਸੋਹਣੀ ਕਰੇ, ਕਿੰਨਾ ਕੁ ਕੰਟੈਂਟ ਬਣ ਗਿਆ, ਬਹੁਤ ਬਣ ਗਿਆ, ਇਹ ਵੀ ਨਹੀਂ ਚੁੱਪ ਤਾਂ ਕਰ ਜੀ, ਕਿੰਨਾ ਨਹੀਂ ਸਾਰਾ ਨੈਚੁਰਲ ਰੱਖਾਂਗੇ ਆਪਾਂ, ਆਪਣੇ ਕੋਲ ਗਾਰਡ ਕੱਢੀਏ ਕੋਈ, ਕਿੰਨੇ ਮਿੰਟ ਦਾ ਬਾਈ ਜੀ, 8 ਮਿੰਟ ਦਾ, 10 ਦਾ ਤਾਂ ਕਰ ਦਿਓ, 10 ਦਾ ਤਾਂ 10 ਕਰ ਦਿਓ, ਨੈਚੁਰਲ ਗੱਲ ਰੱਖਾਂਗੇ ਆਪਾਂ। ਸੋ ਇੱਕ ਮਤਲਬ ਪ੍ਰੀਤ ਦੀ ਜਿਹੜੀ ਸਾਰੀ ਗੱਲ ਕੀਤੀ ਸੀ ਉਹ ਹਾਸੀ 'ਚ ਨਿਗਾਤੀ, ਕੁੜੀ ਨੇ ਬਹੁਤ ਸਟਰਗਲ ਕੀਤੀ ਹੈਗੀ ਇਹ ਕੈਮਰੇ ਤੋਂ। ਤਾਰਾ ਬਾਈ ਜੀ ਹੁਣ ਤੁਹਾਨੂੰ ਪੁੱਛਣਾ ਚਾਹੁੰਦਾ, ਮੈਂ ਦੱਸੂਗਾ ਗੱਲ ਤਾਂ ਫਿਨਿਸ਼ ਕਰ ਲਈ, ਕਿੰਨਾ ਤੁਸੀਂ ਸਾਰੇ ਪ੍ਰੀਤ ਦੇ ਤਾਰੀਫਾਂ ਦੇ ਪੁੱਛਦਾ ਬੰਦ ਹੋ ਲੈਂਦੇ ਮੜੇ ਜੇ। ਨਹੀਂ ਨਹੀਂ ਮਤਲਬ ਇਹਨੇ ਗੁੱਡ ਫੀਲ ਹੋ ਰਿਹਾ ਤੁਸੀਂ ਵਿੱਚੇ ਗੱਲ, ਇਹਨੇ ਕੁੜੀ ਨੇ ਦੇਖੋ ਕੈਮਰੇ ਦੇ ਪਿੱਛੋਂ ਮਤਲਬ ਐਜ਼ ਏ ਜਿਵੇਂ ਤੁਸੀਂ ਡਾਇਰੈਕਟਰ ਨਾਲ ਕੰਮ ਕਰਦੇ ਹੋਗੇ ਹੈ ਨਾ, ਉਦੋਂ ਬਾਅਦ ਫਿਰ ਕੈਮਰੇ ਤੇ ਆਉਣਾ ਬੜੀ ਵੱਡੀ ਗੱਲ ਹੁੰਦੀ ਹੈਗੀ। ਸੈਮ ਭਾਜੀ ਨੇ ਸਾਡੀ ਫਿਲਮ ਦੀ ਡਾਇਰੈਕਟਰ ਆਫ ਫੋਟੋਗ੍ਰਾਫੀ ਕੀਤੀ ਆ, ਅਰਮਾਨ ਨੇ ਐਕਟਿੰਗ, ਦਾਸ ਨੇ ਦਾਸ ਨੇ ਫਿਲਮ 'ਚ ਮਤਲਬ ਕੀ ਕਹਿੰਦੇ ਹੁੰਦੇ ਹੈਗੇ ਐਕਟ ਕੀਤਾ ਹੈਗਾ, ਸਾਰੀ ਟੀਮ ਨਾਲ ਬੜਾ ਮੁਹੱਬਤ ਨਾਲ ਰਹੇ ਹਾਂ, ਮਿਸ ਕੀਤਾ ਜਦੋਂ ਪੰਜਾਬ ਆਏ ਸਾਰਿਆਂ ਨੂੰ, ਮਿਸ ਤੇ ਤਾਂ ਨਹੀਂ ਯਾਦ ਜ਼ੋਰ ਦਿੱਤਾ, ਮਿਸ ਮੈਂ ਕਿਹਾ ਮਿਸ ਪੂਜਾ ਜੀ ਕਹਿਣ ਲੱਗੇ ਹੁਣ ਜਿੰਨਾ ਜ਼ੋਰ ਆ ਗਿਆ ਸੀ ਉੱਚੀ ਗੱਲ ਸਾਰਾ। ਭਾਈ ਤੁਸੀਂ ਇੰਗਲੈਂਡ ਗਏ ਸੀ ਪਹਿਲੀ ਵਾਰ, ਤੁਹਾਨੂੰ ਕਿਵੇਂ ਲੱਗਿਆ ਟੀਮ ਨਾਲ ਮਿਲ ਕੇ ਇੰਗਲੈਂਡ ਦੀ ਉਹ ਜਰਨੀ? ਭਾਈ ਮੈਂ ਮੈਨੂੰ ਸਭ ਤੋਂ ਵੱਡੀ ਗੱਲ, ਸਭ ਤੋਂ ਪੋਜ਼ਿਟਿਵ ਗੱਲ ਮਤਲਬ ਇਹ ਲੱਗੀ, ਮੈਂ ਜਦੋਂ ਉੱਥੇ ਉਤਰਿਆ ਮੈਨੂੰ ਸਾਕਸ਼ਾਤ ਬਾਈ ਲੈਣ ਆਇਆ ਯਾਰ ਇਹਦੇ ਉੱਤੇ ਕੀ ਹੋਈ ਜਿਹਦੇ ਨਾਲ ਮੈਂ ਫਿਲਮ ਕਰਨੀ ਹੈਗੀ, ਮੈਨੂੰ ਇਹ ਲੱਗ ਰਿਹਾ ਸੀਗਾ ਵੀ ਅਰਮਾਨ ਬਾਈ ਲੈਣ ਆਇਆ, ਉੱਥੋਂ ਹੀ ਅਸੀਂ ਕੰਫਰਟ ਹੋ ਗਏ ਹੈ ਨਾ। ਅਤੇ ਇਦੂ ਬਾਅਦ ਸਵੇਰੇ ਜਦੋਂ ਮੈਂ ਸਾਡੇ ਵਿਲੇਜ ਪਹੁੰਚੇ ਸੀ, ਕੁਐਸਚਨ ਪੂਰਾ ਕਰ ਲਾਂ, ਵਿਲੇਜ ਪਹੁੰਚੇ ਚਲੋ, ਹਾਂ ਰਾਤ ਨੂੰ 1:30 ਵਜੇ ਉੱਥੋਂ ਮਤਲਬ ਜਿਹੜਾ ਕਿਹੜਾ ਕਰੈਕਰਦਾਰ ਮਿਲਿਆ ਖੜਤਾ ਜਾ ਦੱਸ ਸਕਦੇ, ਤਾਂ ਮੈਂ ਪਾੜ ਉਹ ਕਰੂੰ ਤਰੀਫ ਖੜਤਾ ਜਾ, ਉੱਥੇ ਸੋਹਣਾ ਰਿਹਾ ਮਾਹੌਲ। ਫਿਰ ਬ੍ਰੇਕਫਾਸਟ ਲੈ ਕੇ ਭਾਅ ਜੀ ਪਹੁੰਚੇ ਦੇਖੋ, ਅਤੇ ਉਹ ਮੈਨੂੰ ਦੱਸ ਕੇ ਵੀ ਨਹੀਂ ਗਏ ਵੀ ਕਿਵੇਂ ਖਾਣਾ ਗਾ, ਉਹ ਮੈਨੂੰ ਖਾਣਾ ਹੀ ਨਹੀਂ ਆਇਆ, ਮੈਂ ਫਿਰ ਚੁੱਪ ਕਰਕੇ ਹੀ ਸਾਹ ਲਿਆ। ਤਾਰਾ ਬਾਜੀ ਰੋਜ਼ ਉੱਠ ਕੇ ਮੈਨੂੰ ਕਹਿੰਦੇ ਅਰਮਾਨ ਚਾਹ ਤਾਂ ਬਣਾ ਲਿਆ, ਹੁਣ ਮੈਂ ਚਾਹ ਪੀਂਦਾ ਨਹੀਂ, ਉੱਧਰ ਸੋਚਾਂ ਜੀ ਵਾਲਾ ਹੁੰਦਾ ਉਹ ਗੈਸ ਸਟੋਵ ਚੁੱਲ੍ਹਾ, ਉਹ ਚੱਲਦਾ ਨਹੀਂ ਸੀ, 2 ਦਿਨ ਤਾਂ ਬਣਾਈ ਮੈਂ ਤਾਰਾ ਜੀ ਨੂੰ, 3 ਦਿਨ ਮੈਂ ਕਿਹਾ ਤਾਰਾ ਵੀਰੇ ਗੱਲ ਸੁਣੋ ਉੱਤੋਂ ਆਓ ਮਾੜਾ ਜਿਹਾ, ਕਹਿੰਦੇ ਹਾਂ ਹਾਂ ਦੱਸ ਕੇ, ਮੈਨੂੰ ਐਂ ਚੱਲਦਾ, ਹੁਣ ਮੈਨੂੰ ਨਹੀਂ ਪੁੱਛਿਆ। ਨਹੀਂ ਕੁੱਲ ਮਿਲਾ ਕੇ ਸਾਰਿਆਂ ਨੂੰ ਵੱਡੀ ਗੱਲ ਇਹ ਰਹੀ ਵੀ ਹਾਂ ਕੁੱਲ ਮਿਲਾ ਕੇ ਸਾਡਾ ਉਹ ਨਹੀਂ ਸੀਗਾ ਜਿਵੇਂ ਫਿਲਮਾਂ 'ਚ ਸੁਣਦੇ ਹੁੰਦੇ ਸੀਗੇ, ਕਾਸ਼ ਪਰਮਾਤਮਾ ਅਸੀਂ ਕਾਮਯਾਬ ਹੋਵਾਂਗੇ,
ਤੇ ਅੱਗੇ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਵਾਂਗੇ। ਮੇਰਾ ਮੇਰਾ ਉਹੀ ਕੁਐਸਚਨ ਸੀ ਤਾਰੇ ਭਾਈ, ਜਿਵੇਂ ਤੁਹਾਡੀ ਸਭ ਤੋਂ ਪਹਿਲੀ ਰੀਲ ਤੁਸੀਂ ਕਿਹਾ ਸੀਗਾ ਵੀ ਉਹ ਕੁੱਤੇ ਸੁੱਤੇ ਪਏ ਸੀ ਤੇ ਤੁਸੀਂ ਉਹਨਾਂ ਨੂੰ ਇੱਕ ਚੌੜ ਕਰੀ ਵੀ ਕਾਸ਼ ਜ਼ਿੰਦਗੀ 'ਚ ਐਵੇਂ ਸਕੂਨ ਆ ਜਾਵੇ। ਉੱਥੋਂ ਲੈ ਕੇ ਇੰਗਲੈਂਡ ਤੱਕ ਦਾ ਸਫ਼ਰ, ਜਦੋਂ ਬੰਦਾ ਜਹਾਜ਼ 'ਚ ਬਹਿੰਦਾ ਗਾ ਵੀ ਹੁਣ ਮੈਂ ਫਿਲਮ ਕਰਨ ਚੱਲਿਆ ਯਾਰ, ਇੱਕ ਉਹਦੇ ਅੰਦਰ ਇੱਕ ਫੀਲ ਹੁੰਦੀ, ਇੱਕ ਉਹਦੇ ਅੰਦਰ ਇੱਕ ਵਿਚਾਰ ਚੱਲਦੇ ਹੁੰਦੇ, ਉਹ ਤੁਸੀਂ ਕੀ ਸੋਚ ਰਹੇ ਸੀ ਉਦੋਂ? ਇਹ ਸੀਗਾ ਬਾਈ ਜਿਵੇਂ ਹੁਣ ਤੁਸੀਂ ਚੱਲ ਆਪਣੀ ਸਾਰਿਆਂ ਦੀ ਗੱਲਬਾਤ ਹੋ ਗਈ ਸੀ, ਥੋੜ੍ਹਾ ਜਿਹਾ ਮੈਨੂੰ ਨਾ ਕੰਫਰਟ ਜ਼ੋਨ ਦਾ ਹੁੰਦਾ ਗਾ, ਪਰ ਉੱਥੇ ਜਾ ਕੇ ਕੰਫਰਟ ਜ਼ੋਨ ਰੱਖਿਆ ਨਾ ਭਾਈ? ਨਹੀਂ ਨਹੀਂ ਉਹ ਤਾਂ ਰੱਖਿਆ ਬਾਕੀ ਤੁਹਾਡੀ ਸੋਚ ਕੀ ਸੀ ਵੀ ਲਾਈਕ ਰੱਬ ਨੂੰ, ਰੱਬ ਦੇ ਨਾਲ ਕੀ ਕਰ, ਰੱਬ ਨੂੰ ਤਾਂ ਸ਼ੁਕਰਾਨਾ ਹੀ ਕਰ ਸਕਦੇ, ਸ਼ੁਕਰਾਨਾ ਕਰ, ਸ਼ੁਕਰਾਨਾ ਹੀ ਕਰ ਸਕਦੇ ਹਾਂਗੇ। ਸੋ ਪਰ ਜਿਹੜਾ ਮਾਹੌਲ ਰਿਹਾ ਉਹ ਮਤਲਬ ਗੁੱਡ, ਜਿਹਨੂੰ ਆਪਾਂ ਕਹਿ ਸਕਦੇ ਨੈਕਸਟ ਲੈਵਲ, ਬਹੁਤ ਸੋਹਣਾ ਚਿੱਤ ਲੱਗਿਆ ਜਿਹਨੂੰ ਕਹਿ ਸਕਦੇ ਹਾਂ ਆਪਾਂ, ਵੀ ਇਹ ਨਹੀਂ ਵੀ ਨਹੀਂ ਐਂ ਖਿੱਚਾ ਤੂੰ ਜੀ ਹੁੰਦੀ ਆ ਸਾਰੇ ਬਰਾਬਰ। ਸੀਨ ਬਾਰੇ ਤੁਸੀਂ ਦੱਸ ਸਕਦੇ ਜਿਹੜਾ ਰਾਤ ਨੂੰ 10 ਵਜੇ ਇਹਨਾਂ ਨੇ ਆਪਾਂ ਨੂੰ ਭਜਾਇਆ ਹੈਗਾ ਜਦੋਂ? ਨਹੀਂ ਉਹ ਆਪਾਂ ਅਗਲੀ ਕਾਰਵਾਈ ਸਾਡਾ, ਇਹ ਜਿਹੜਾ ਭੰਗੜਾ ਪਾ ਕੇ ਕਿਹੜੀ ਕਰੀਏ? ਨਹੀਂ ਨਹੀਂ ਖੜਦਾ ਜਾਓ ਵੀ ਆਹ ਇਹਦਾ ਅਸੀਂ ਨਾਂ ਹਜੇ ਧਰਾਂਗੇ, ਇਹ ਐਪੀਸੋਡ ਆਉਂਦਾ ਰਹੂਗਾ ਤੇ ਤੁਸੀਂ ਦੇਖਦੇ ਰਹੋ ਆਪਾਂ ਰਿਵਿਊ ਆਲ ਕਿਤੇ ਕਰਦੇ ਰਵਾਂਗੇ ਅਸੀਂ। ਸੋਹਣਾ ਸਟਰਕਚਰ ਆ, ਸਾਰਾ ਕੁਝ ਸੋਹਣਾ ਗਾ, ਗੁੱਡ ਹੈ, ਜਿੱਥੇ ਸਾਡਾ ਦਿਲ ਲੱਗ ਗਿਆ ਆਪਾਂ ਬਹਿ ਕੇ ਐਂ ਗੱਲਬਾਤ ਕਰ ਲਿਆ ਕਰਨੀ। ਬਸ ਰੋਟੀ ਚਾਹੀਦੀ ਆ, ਪ੍ਰੀਤ ਨੂੰ ਪਰੌਂਠੇ ਚਾਹੀਦੇ ਆ, ਕਿ ਮੈਂ ਤਾਂ ਡਾਈਟ, ਮੈਨੂੰ ਤਾਂ ਉਹੀ ਚਾਹੀਦਾ, ਇਹਨੂੰ ਸਕ੍ਰਿਪਟ ਚਾਹੀਦੀ ਆ, ਸਾਨੂੰ ਅਸੀਂ ਐਕਟਿੰਗ ਕਰ ਲੈਣੀ। ਸੋ ਸਾਡੇ ਨਾਲ ਜੁੜੇ ਰਹੋ, 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈਗੀ ਤੇ 18 ਅਕਤੂਬਰ ਨੂੰ ਲੌਗ ਕਰ ਲਓ। ਸਾਰੇ ਨਜ਼ਦੀਕੀ ਸਿਨੇਮੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਫੈਮਿਲੀ ਮੈਂਬਰ ਸੀ ਉਹਨਾਂ ਨੂੰ ਲੈ ਕੇ ਜਾਓ, ਬਹੁਤ ਵਧੀਆ ਫਿਲਮ ਹੈ, ਪਰਿਵਾਰ ਦੇਖਣ ਵਾਲੀ ਫਿਲਮ ਹੈ, ਪਰਿਵਾਰਕ ਫਿਲਮ ਹੈ ਜੀ। ਸੋ ਜਰੂਰ ਸਾਰੇ ਜਾਓ ਜੀ। ਸਤਿ ਸ੍ਰੀ ਅਕਾਲ ਜੀ, ਸਾਨੂੰ 18 ਅਕਤੂਬਰ ਨੂੰ ਮਿਲਦੇ ਆ ਫਿਰ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ। ਲਵ ਯੂ, ਲਵ ਯੂ ਆਲ। ਓ 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